BA1 ਕੰਪਲਸਰੀ ਵਾਲੇ ਸਟੂਡੈਂਟਸ ਬੇਟਾ ਹਾਂਜੀ BA1 ਕੰਪਲਸਰੀ ਵਾਲੇ ਸਟੂਡੈਂਟਸ ਤੇ ਬੇਟਾ ਇਹੀ ਵਾਲੀ ਜਿਹੜੀ ਪੋਇਟਰੀ ਹੈ ਉਹ ਇਲੈਕਟਿਵ ਵਾਲੇ ਬੱਚਿਆਂ ਨੂੰ ਵੀ ਲੱਗੀ ਹੁੰਦੀ ਹੈ ਤੇ ਪਰ ਕਿਉਂਕਿ ਮੇਰੇ ਕੋਲ ਤੇ ਕੰਪਲਸਰੀ ਕਲਾਸ ਹੈ ਮੈਂ ਉਹਨਾਂ ਨੂੰ ਕਰਵਾ ਰਹੀ ਹਾਂ ਇਹ ਪੋਇਟਰੀ ਜੇਕਰ ਕੋਈ ਇਲੈਕਟਿਵ ਵਾਲਾ ਬੱਚਾ ਦੇਖਦਾ ਹੈ ਤੇ ਉਹਦੇ ਵੀ ਇਹ ਕੰਮ ਆ ਸਕਦੀ ਹੈ ਪਰ ਜੋ ਹੈ ਆਪਾਂ ਕੰਪਲਸਰੀ ਵਾਲੇ ਬੱਚਿਆਂ ਲਈ ਕਰ ਰਹੇ ਹਾਂ ਦੇਖ ਬੇਟਾ ਇਹ ਜੋ ਪੋਇਟ ਹਨ ਤੁਹਾਡਾ ਸ਼ਿਵ ਕੁਮਾਰ ਬਟਾਲਵੀ ਬਹੁਤ ਹੀ ਪ੍ਰਸਿੱਧ ਪੋਇਟ ਹੈ ਆਪਣੇ ਸਮੇਂ ਦਾ ਸ਼ਿਵ ਕੁਮਾਰ ਬਟਾਲਵੀ ਆਪਣੇ ਸਮੇਂ ਦਾ ਕਿ ਹੁਣ ਤੱਕ ਜੋ ਹੈ ਤੇ ਹਮੇਸ਼ਾ ਇਹਨੂੰ ਜਾਣਦੇ ਰਹਿਣਗੇ ਪੰਜਾਬੀ ਸਾਹਿਤ ਪੜ੍ਹਨ ਵਾਲੇ ਸਾਰੇ ਤੇ ਸ਼ਿਵ ਕੁਮਾਰ ਬਟਾਲਵੀ ਨੇ ਜਿਹੜੀ ਪੋਇਮ ਲਿਖੀ ਲੂਣਾ ਹੁਣ ਲੂਣਾ ਨੂੰ ਤੁਸੀਂ ਜਾਣਦੇ ਹੋ ਪੂਰਨ ਭਗਤ ਦੀ ਮਤਰੇਈ ਮਾਂ ਸੀਗੀ ਪੂਰਨ ਦੀ ਆਪਣੀ ਅਸਲੀ ਮਾਂ ਦਾ ਨਾਮ ਇਛਰਾ ਸੀ ਤੇ ਪੂਰਨ ਦੀ ਮਤਰੇਈ ਮਾਂ ਦਾ ਨਾਮ ਸੀਗਾ ਲੂਣਾ ਲੂਣਾ ਪੂਰਨ ਤੋਂ 1-2 ਸਾਲ ਹੀ ਵੱਡੀ ਸੀਗੀ ਲੂਣਾ ਦਾ ਵਿਆਹ ਇੱਕ ਬੁੱਢੇ ਸਲਮਾਨ ਰਾਜੇ ਸਲਮਾਨ ਨਾਲ ਹੋ ਜਾਂਦਾ ਹੈ ਰਾਜੇ ਸਲਮਾਨ ਬਜ਼ੁਰਗ ਹੁੰਦਾ ਹੈ ਉਹਦੇ ਨਾਲ ਲੂਣਾ ਦਾ ਵਿਆਹ ਹੋ ਜਾਂਦਾ ਹੈ ਤੇ ਲੂਣਾ ਜਦੋਂ ਪਹਿਲੀ ਵਾਰ ਪੂਰਨ ਭਗਤ ਨੂੰ ਵੇਖਦੀ ਹੈ ਤੇ ਉਹਦੇ ਉੱਤੇ ਮੋਹਿਤ ਹੋ ਜਾਂਦੀ ਹੈ ਮਨ ਲੱਗਦਾ ਤੇ ਉਹਦਾ ਪੁੱਤਰ ਹੈ ਸੋਤੇਲਾ ਪਰ ਮੋਹਿਤ ਹੋ ਜਾਂਦੀ ਹੈ ਬਹੁਤ ਸਾਰੇ ਪੁਰਾਣੇ ਸਮੇਂ ਦੇ ਪੋਇਟ ਜਿਹੜੇ ਨੇ ਉਹ ਲੂਣਾ ਦੀ ਬੜੀ ਭੰਡੀ ਕਰਦੇ ਨੇ ਕਿ ਆਪਣੇ ਪੁੱਤਰ ਤੇ ਮੋਹਿਤ ਹੋ ਗਈ ਪਰਸ਼ੀਵ ਕੁਮਾਰ ਬਟਾਲਵੀ ਕਾ ਜਿਹਹਾ ਬੰਦਾ ਹੈ ਅਜਿਹਹਾ ਪੋਇਟ ਹੈ ਜੋ ਲੂਣਾ ਦੇ ਦਰਦ ਨੂੰ ਸਮਝਦਾ ਹੈ ਅਤੇ ਲੂਣਾ ਦੇ ਦਿਲ ਦੀ ਗੱਲ ਨੂੰ ਉਹਨੇ ਆਪਣੇ ਸ਼ਬਦਾਂ ਨਾਲ ਹੀ ਬਿਆਨ ਕੀਤਾ ਆਓ ਬੇਟਾ ਵੇਖ ਲਈਏ ਪੋਇਟਰੀ ਦੇਖੋ ਜੀ ਲੂਣਾ ਮਤਲਬ ਇਹ ਲੂਣਾ ਕਹਿ ਰਹੀ ਹੈ ਆਪਣੇ ਵੱਲੋਂ ਇਹ ਗੱਲ ਜਿਹੜੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਅੱਖਰਾਂ ਨਾਲ ਦੱਸੀ ਕਹਿੰਦਾ ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾ ਇਛਰਾ ਰੂਪ ਹੰਡਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ ਦੇਖੋ ਬੇਟਾ ਪਹਿਲਾਂ ਤੁਸੀਂ ਪਰਸੰਗ ਲਿਖ ਲਓਗੇ ਇੱਕ ਕਾਵ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਕਾਵਨਾਦ ਵਿੱਚ ਦਰਜ ਜਿਵੇਂ ਸ਼ਿਵ ਕੁਮਾਰ ਬਟਾਲਵੀ ਦੁਆਰਾ ਰਚਿਤ ਕਵਿਤਾ ਲੂਣਾ ਵਿੱਚੋਂ ਲਿਆ ਗਿਆ ਹੈ ਤੇ ਇਸ ਵਿੱਚ ਜੋ ਹੈ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਅਨਜੋੜ ਵਿਆਹ ਦੀ ਗੱਲ ਕੀਤੀ ਹੈਗੀ ਵੱਡੀ ਉਮਰ ਦਾ ਸਲਮਾਨ ਰਾਜਾ ਹੈ ਤੇ ਉਹ ਉਹਦੇ ਤੋਂ ਜੋ ਹੈ ਬਹੁਤ ਛੋਟੀ ਉਮਰ ਦੀ ਹੈ ਲੂਣਾ ਉਹਨਾਂ ਨੇ ਅਨਜੋੜ ਵਿਆਹ ਦੀ ਗੱਲ ਕੀਤੀ ਹੈ ਕਿ ਤੇ ਫਿਰ ਲੂਣਾ ਦੇ ਦਿਲ ਤੇ ਕੀ ਬੀਤਦੀ ਹੈ ਇਹ ਗੱਲ ਕਰਦਾ ਹੈ ਪੋਇਟ ਮੈਂ ਥੱਲੇ ਕਰ ਰਹੀ ਹਾਂ ਬੱਚੇ ਤੁਹਾਨੂੰ ਜੋ ਦੂਜਾ ਹੋਰ ਥੱਲੇ ਤੋਂ ਪੈਰਾਗ੍ਰਾਫ ਵੀ ਦਿਖ ਜਾਏ ਲੂਣਾ ਕਹਿੰਦੀ ਹੈ ਕਿ ਉਹਦੇ ਧਰਮੀ ਪਿਤਾ ਨੇ ਉਸ ਨਾਲ ਬੜਾ ਪਾਪ ਕਮਾਇਆ ਤੇ ਉਸਨੇ ਉਸਦੇ ਲੜ ਜੋ ਹੈ ਬੁੱਢਾ ਫੁੱਲ ਕੁਮਲਾਇਆ ਮਤਲਬ ਇਹ ਇੱਕ ਬਜ਼ੁਰਗ ਪਤੀ ਇੱਕ ਬਜ਼ੁਰਗ ਬੰਦੇ ਨਾਲ ਉਹਦਾ ਵਿਆਹ ਕਰ ਦਿੱਤਾ ਜਿਸ ਦਾ ਇਛਰਾ ਰੂਪ ਢਾਇਆ ਮਤਲਬ ਕਿ ਇਛਰਾ ਜੋ ਹੈ ਉਹਦੇ ਨਾਲ ਜੋ ਹੈ ਪਹਿਲਾਂ ਆਪਣਾ ਵਿਆਹਤਾ ਜੀਵਨ ਬਤੀਤ ਕਰ ਚੁੱਕਿਆ ਹੈ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ ਤੇ ਮੈਨੂੰ ਜੋ ਹੈ ਉਹਨੇ ਵਿਆਹ ਕਰਕੇ ਆਪਣੇ ਨਾਲ ਵਿਆਹ ਕਰਕੇ ਪੂਰਨ ਦੀ ਮਾਂ ਬਣਾ ਦਿੱਤਾ ਪਰ ਹੈਗੀ ਦੇਖੋ ਪਿੱਛੇ ਵਿਸਮਯਬੋਧਕ ਚੀਜ਼ ਨੇ ਲੱਗਿਆ ਕਿ ਕੀ ਮੈਂ ਹੈਗੀ ਉਹਦੀ ਮਾਂ ਬਣਨ ਜੋਗੀ ਕਿ ਮੈਂ ਤੇ ਉਹਦੀ ਉਹੀ ਉਮਰ ਦੀ ਹੈਗੀਆਂ ਮੈਂ ਉਸ ਤੋਂ ਇੱਕ ਜੂਮਣ ਵੱਡੀ ਇੱਕ ਸਾਲ ਵੱਡੀ ਹੈਗੀ ਮੈਂ ਪੂਰਨ ਤੋਂ ਪਰ ਮੈਂ ਕਿੱਕਣ ਮਾਂ ਉਸ ਦੀ ਲੱਗੀ ਮੈਂ ਉਹਦੀ ਕਿਵੇਂ ਮਾਂ ਲੱਗੀ ਉਹ ਮੇਰੀ ਗਰਭਜੂਨ ਨਾ ਆਇਆ ਨਾ ਉਹ ਮੇਰੇ ਗਰਭ ਤੋਂ ਪੈਦਾ ਹੋਇਆ ਲੋਕਾਂ ਵੇ ਮੈਂ ਧੀ ਵਰਗੀ ਸਲਵਾਨ ਦੀ ਤੇ ਸਲਵਾਨ ਜੀ ਦੇ ਨਾਲ ਮੇਰਾ ਵਿਆਹ ਹੋਇਆ ਉਹਦੀ ਤੇ ਮੈਂ ਧੀਆਂ ਦੀ ਉਮਰ ਦੀ ਹੈਗੀਆਂ ਅੱਗੇ ਵੇਖ ਲਈਏ ਅਗਲੀਆਂ ਸਤਰਾਂ ਵਿੱਚ ਲੂਣਾ ਆਖਦੀ ਹੈ ਮਤਲਬ ਕਿ ਸ਼ਿਵ ਕੁਮਾਰ ਬਟਾਲਵੀ ਉਹਨੂੰ ਸ਼ਬਦ ਦੇ ਰਿਹਾ ਹੈ ਕਹਿੰਦਾ ਪਿਤਾ ਜੇ ਧੀ ਦਾ ਰੂਪ ਹੰਡਾਵੇ ਲੋਕਾਂ ਵੇ ਤੈਨੂੰ ਲਾਜ ਨਾ ਵੀ ਮਤਲਬ ਕਿ ਉਹਦੇ ਪਿਤਾ ਦੇ ਉਮਰ ਦੇ ਬੰਦੇ ਰਾਜੇ ਸਲਵਾਨ ਨਾਲ ਲੂਣਾ ਦਾ ਵਿਆਹ ਕਰ ਦਿੱਤਾ ਤੇ ਸ਼ਰਮ ਨਹੀਂ ਆਂਦੀ ਕਿ ਜੇਕਰ ਪਿਤਾ ਆਪਣੀ ਧੀ ਦੀ ਉਮਰ ਦੀ ਇਸਤਰੀ ਦਾ ਰੂਪ ਹੰਡਾਵੇ ਜੇ ਲੂਣਾ ਪੂਰਨ ਨੂੰ ਚਾਵੇ ਜੇ ਲੂਣਾ ਨੂੰ ਪੂਰਨ ਪਸੰਦੀ ਆ ਗਿਆ ਤੇ ਚਰিত্রਹੀਣ ਕਿਉਂ ਕਵੇ ਕਿਉਂ ਜੀਵ ਜਹਾਨ ਦੀ ਕਿਉਂ ਲੋਕੀ ਲੂਣਾ ਨੂੰ ਚਰিত্রਹੀਣ ਕਹਿੰਦੇ ਨੇ ਇਸ ਗੱਲ ਪਿੱਛੇ ਚਰিত্রਹੀਣ ਤੇ ਤਾਂ ਕੋਈ ਆਖੇ ਉਹਨੂੰ ਆਖਿਆ ਜਾਂਦਾ ਚਰিত্রਹੀਣ ਤੇ ਜੇਕਰ ਲੂਣਾ ਹਾਸੇ ਵਿੱਚ ਜੇਕਰ ਉਹ ਵੇਸ਼ਵਾਦੀ ਤਰ੍ਹਾਂ ਥਾਂ ਥਾਂ ਤੇ ਕਦੇ ਕਿਸੇ ਨਾਲ ਇਸ਼ਕ ਲੜਾਵੇ ਕਦੇ ਕਿਸੇ ਨਾਲ ਇਸ਼ਕ ਲੜਾਵੇ ਪਰ ਜੋ ਹਾਨ ਨਾ ਪਰ ਜੋ ਹਾਨ ਨਾ ਲੱਭਣ ਮਾਪੇ ਹਾਣ ਲੱਬਣ ਵਿੱਚ ਗੱਲ ਕੀ અપਮਾਨ ਦੀ ਕਹਿੰਦੀ ਕਿ ਜੇਕਰ ਉਹਦੇ ਮਾਪਿਓ ਨੇ ਲੂਣਾ ਦੇ ਮਾਪਿਓ ਨੇ ਉਹਦੇ ਲਈ ਆਪਣਾ ਹਾਣ ਦਾ ਮੁੰਡਾ ਨਹੀਂ ਲੱਭਾ ਲੂਣਾ ਦੇ ਹਾਣ ਦਾ ਮੁੰਡਾ ਨਹੀਂ ਲੱਭਿਆ ਤੇ ਫਿਰ ਕੀ ਹੋ ਗਿਆ ਜੇਕਰ ਲੂਣਾ ਨੇ ਆਪ ਲੱਭ ਲਿਆ ਇਹਦੇ ਵਿੱਚ અપਮਾਨ ਵਾਲੀ ਕਿਹੜੀ ਗੱਲ ਹੈ ਅਗਲੀਆਂ 17 ਵਿੱਚ ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ ਕਹਿੰਦਾ ਲੂਣਾ ਹੋਵੇ ਤਾਂ ਅਪਰਾਧਣ ਲੂਣਾ ਤਾਂ ਅਪਰਾਧੀ ਮੰਨੀ ਜਾ ਸਕਦੀ ਹੈ ਜੇਕਰ ਅੰਦਰੋਂ ਹੋਏ ਸੁਹਾਗਣ ਜੇਕਰ ਕਦੇ ਰਾਜਾ ਸਲਮਾਨ ਨੂੰ ਉਹਨੇ ਆਪਣਾ ਪਤੀ ਮੰਨਿਆ ਹੋਵੇ ਮਹਿਕ ਉਹ ਦੀ ਜੇ ਹੋਵੇ ਦਾਗਣ ਜੇਕਰ ਉਹਦੇ ਉਹਨੇ ਕਦੇ ਉਹਦੀ ਮਹਿਕ ਦੇ ਉੱਤੇ ਮਤਲਬ ਕਿ ਉਹਦੇ ਕੁਆਰੇਪਣ ਦੇ ਉੱਤੇ ਕਦੇ ਦਾਗ ਲੱਗਾ ਹੋਵੇ ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ ਤੇ ਲੂਣਾ ਕਹਿੰਦੀ ਮੈਨੂੰ ਆਪ ਨੂੰ ਪਤਾ ਹੈ ਕਿ ਮੈਂ ਅਜੇ ਤੱਕ ਜੋ ਹੈ ਕੁਆਰੀ ਕੁੜੀਆਂ ਦੀ ਤਰ੍ਹਾਂ ਹਾਂ ਜੋ ਸਲਵਾਨ ਮੇਰੇ ਲੜ ਲੱਗਾ ਦਿਨ ਪਰ ਚੁੱਕ ਫਾਈਲਾਂ ਦਾ ਥੱਬਾ ਸ਼ਹਿਰ ਉਹ ਸ਼ਹਿਰ ਰਵੇ ਨੀ ਤਪੱਜਾ ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ ਤੇ ਅਗਲੀਆਂ 17 ਇਚ ਜੋ ਹੈ ਸ਼ਿਵ ਕੁਮਾਰ ਬਟਾਲਵੀ ਕੀ ਗੱਲ ਕਰਦਾ ਹੈ ਇਹਨਾਂ 17 ਇਚ ਜੋ ਹੈ ਵਿਅੰਗਾਤਮਕ ਢੰਗ ਨਾਲ ਇਹਨਾਂ 17 ਇਚ ਵਿਅੰਗਾਤਮਕ ਢੰਗ ਨਾਲ ਜਿਹੜੀਆਂ ਹੁਣ ਪੜਾਂਗੇ ਅਸੀਂ ਗੱਲ ਕਰਦੇ ਹੋਏ ਸ਼ਿਵ ਕੁਮਾਰ ਬਟਾਲਵੀ ਆਖਦਾ ਹੈ ਕਹਿੰਦਾ ਜੋ ਸਲਵਾਨ ਮੇਰੇ ਲੜ ਲੱਗਾ ਕਿ ਲੂਣਾ ਕਹਿੰਦੀ ਜਿਹੜਾ ਸਲਵਾਨ ਮੇਰੇ ਲੜ ਲੱਗਾ ਹੋਇਆ ਨਾ ਦਿਨ ਪਰ ਚੁੱਕ ਫਾਇਲਾਂ ਦਾ ਥੱਬਾ ਕਈ ਝਮੇਲਿਆਂ ਵਿੱਚ ਗਲਤਾਨ ਹੈ ਸ਼ਹਿਰੋ ਸ਼ਹਿਰ ਰਵੇ ਨਿਤ ਪੱਜਾ ਕਦੇ ਐ ਸ਼ਾਇਰ ਕਦੇ ਉਹ ਸ਼ਾਇਰ ਜਾਈ ਜਾਂਦਾ ਹੈ ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ ਪੈਸੇ ਕਮਾਣ ਦੀ ਉਹਦੇ ਮਨ ਦੇ ਵਿੱਚ ਚੇਟਕ ਹੈ ਤੇ ਇੱਥੇ ਨਾਲ-ਨਾਲ ਜੋ ਹੈ ਅ ਸ਼ਿਵ ਕੁਮਾਰ ਬਟਾਲਵੀ ਅੱਜ ਦੀ ਮਾਡਰਨ ਔਰਤ ਦੀ ਵੀ ਗੱਲ ਕਰ ਰਿਹਾ ਜਿਹਦਾ ਜਿਹਦਾ ਜੋ ਹੈ ਕਈ ਵਾਰੀ ਦੁਹਾਜੂ ਬੰਦੇ ਨਾਲ ਵਿਆਹ ਹੋ ਜਾਂਦਾ ਨਾ ਉਹਦੀ ਵੀ ਗੱਲ ਕਰ ਰਿਹਾ ਕਹਿੰਦੀ ਕਹਿੰਦਾ ਫਿਰ ਇਹ ਕਹਿੰਦਾ ਚਿਰ ਹੋਇਆ ਉਹਦੀ ਇਛਣਾ ਮੋਹੀ ਕਿ ਜਿਹੜਾ ਰਾਜਾ ਸਲਵਾਨ ਹੈ ਜਾਂ ਅੱਜ ਦੇ ਸਮੇਂ ਦਾ ਜੇਕਰ ਕੋਈ ਬੰਦਾ ਹੈ ਬੜਾ ਸਮਾਂ ਹੋ ਗਿਆ ਉਹਦੀ ਪਤਨੀ ਮਰ ਗਈ ਇੱਕ ਪੂਰਨ ਜਮ ਪੂਰਨ ਹੋਈ ਉਹਨੇ ਇੱਕ ਪੁੱਤਰ ਉਹਦੇ ਲਈ ਜੰਮ ਦਿੱਤਾ ਸੀ ਤੇ ਉਹਦੀਆਂ ਨਜ਼ਰਾਂ ਵਿੱਚ ਉਹ ਪੂਰੀ ਹੋ ਗਈ ਸੀ ਉਹ ਪੂਰਨ ਨਾ ਜੋਗੀ ਕੋਈ ਪਰ ਉਹ ਪੂਰਨ ਜੋ ਹੈ ਉਹ ਕੋਈ ਉਸ ਪੁਰਾਣੇ ਸਮੇਂ ਵਾਲੇ ਜੋਗੀ ਪੂਰਨ ਵਰਗ ਨਹੀਂ ਹੈ ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣ ਦੀ ਉਹਦੀ ਨਜ਼ਰ ਤੇ ਉਸ ਪੂਰਨ ਦੀ ਨਜ਼ਰ ਤੇ ਜਾਣਦੀ ਹੈ ਕਿ ਮੈਂ ਉਹਦੇ ਹਾਣ ਦੀ ਹੈਗੀ ਆਂ ਮਨ ਲੇ ਕਿ ਮੋਡਰਨ ਸਮੇਂ ਵਿੱਚ ਵੀ ਲਿਆ ਕੇ ਗੱਲ ਕਰ ਰਿਹਾ ਸੀ ਸ਼ਿਵ ਕੁਮਾਰ ਬਟਾਲਵੀ ਹੋ ਚੱਲਿਆ ਹੈ ਆਥਣ ਵਿਹਲਾ ਸ਼ਾਮ ਦਾ ਵਿਹਲਾ ਹੋ ਚੱਲਿਆ ਹੈ ਆਇਆ ਨਹੀਂ ਹੈ ਗੋਰਖ ਦਾ ਚੇਲਾ ਗੋਰਖ ਦਾ ਚੇਲਾ ਕਿਹਨੂੰ ਕਹਿ ਰਿਹਾ ਉਹ ਪੂਰਨ ਨੂੰ ਰਾਜਾ ਸਲਮਾਨ ਨੂੰ ਪੂਰਨ ਨੂੰ ਦਫ਼ਤਰ ਤੋਂ ਅੱਜ ਘਰ ਅਲਬੇਲਾ ਮਸਤ ਹੋ ਕੇ ਅੱਜ ਘਰ ਨਹੀਂ ਆਇਆ ਉਹ ਦਫ਼ਤਰ ਤੋਂ ਮੈਂ ਪਈ ਕਰਾਂ ਤਿਆਰੀ ਕੈਫੇ ਜਾਣ ਦੀ ਜਿੱਥੇ ਸ਼ਰਾਬ ਪੀਣ ਦੇ ਲਈ ਜਾਂਦੇ ਨੇ ਕਹਿੰਦੀ ਮੈਂ ਉੱਥੇ ਜਾਣ ਦੀ ਤਿਆਰੀ ਕਰ ਰਹੀ ਹਾਂ ਅਗਲੀਆਂ ਸਤਰਾਂ ਦੇਖ ਲਈ ਦਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮ ਲਾਇਆ ਜਿਸ ਦਾ ਇਛਰਾ ਰੂਪ ਫੰਡਾਇਆ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਂ ਦੀ ਫਿਰ ਆਪਣੇ ਪਿਓ ਨੂੰ ਦੁਆਰੇ ਪਹਿਲੀਆਂ ਪੂਰੀ 17 ਦੁਆਰੇ ਕਈਆਂ ਨੇ ਕਿ ਉਹਦੇ ਪਿਤਾ ਨੇ ਜੋ ਹੈ ਪਾਪ ਕਮਾਇਆ ਇੱਕ ਕੁਮ ਲਾਇਆ ਹੋਇਆ ਫੁੱਲ ਉਹਦੇ ਲੜ ਲਾਇਆ ਹੈ ਜਿਸ ਦਾ ਰੂਪ ਤੇ ਪਹਿਲਾਂ ਇਛਰਾ ਰਾਣੀ ਇਛਰਾ ਹੰਡਾ ਚੁੱਕੀ ਹੈ ਤੇ ਹੁਣ ਜੋ ਹੈ ਪੂਰਨ ਦੀ ਮਾਂ ਜਿਵੇਂ ਉਹਦੇ ਸੱਚਮੁੱਚ ਪੂਰਨ ਦੀ ਮਾਂ ਹੈਗੀਆਂ ਕਿਉਂਕਿ ਮੈਂ ਤੇ ਪੂਰਨ ਦੇ ਹਾਂ ਦੀ ਹੈਗੀਆਂ ਲਗੀ ਉਹਦੀ ਤੇ ਉਹਦੀ ਉਮਰ ਸੀਮ ਹੈਗੀ ਠੀਕ ਬਟਾ ਅਗਲੀ ਵੀਡੀਓ ਵਿੱਚ ਜੋ ਹੈ ਉਹਦੀ ਅਗਲੀ ਪੋਇਮ ਕਰਦੇ ਹਾਂ ਰੁਕ